ਸਤ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਆਪਣੇ ਚੈਨਲ ਤੇ ਅੱਜ ਆਪਾਂ ਜਿਹੜੀ ਫਟਾਫਟ ਦੁਹਰਾਈ ਕਰਨੀ ਆ ਅਭਿਆਸ ਦੀ ਵਿੱਚ ਉਹ ਕਰਾਂਗੇ ਸ਼ੂਫੀ ਕਵਾਰੇ ਤੇ ਪਹਿਲਾਂ ਜਿੰਨੇ ਪਹਿਲਾਂ ਵੀਡੀਓ ਪਾਈ ਚੁੱਕੇ ਆਪਾਂ ਜਰੂਰ ਜਿਹੜੇ ਚੈਨਲ ਤੇ ਪਹਿਲੀ ਵਾਰ ਆਇਓ ਉਹ ਵੀ ਜਰੂਰ ਦੇਖਿਓ ਤੇ ਜਿੰਨਾਂ ਕੋ ਹੋ ਸਕਦਾ ਸੀ ਆਪਣੇ ਵੱਲੋਂ ਤੇ ਤੁਸੀਂ ਆਪਣੇ ਵੱਲੋਂ ਮਿਹਨਤ ਕਰਦੇ ਰਹਿਣਾ ਤੇ ਵੀਡੀਓ ਕਰਦੇ ਆ ਜੀ ਸ਼ੁਰੂ ਆਪਾਂ ਸਭ ਤੋਂ ਪਹਿਲਾਂ ਇਹੀ ਪ੍ਰਸ਼ਨ ਬਣ ਜਾਂਦਾ ਇਹ ਤੁਹਾਨੂੰ ਜਰੂਰ ਤੁਹਾਡੇ ਦਿਮਾਗ ਦੇ ਵਿੱਚ ਹੋਵੇਗਾ ਪੰਜਾਬੀ ਸਾਹਿਤ ਦਾ ਪਿਤਾਮਾ ਅਤੇ ਪਹਿਲਾ ਸੂਫੀ ਕਵੀ ਬਾਬਾ ਸੇਖ ਫਰੀਦ ਜੀ ਨੂੰ ਮੰਨਿਆ ਜਾਂਦਾ ਸੀ ਬਿਲਕੁਲ ਇਹ ਤਾਂ ਸਭ ਦੇ ਧਿਆਨ ਚ ਹੋਣੀ ਹੋਣਾ ਪਰ ਸੇਖ ਫਰੀਦ ਜੀ ਦਾ ਪੂਰਾ ਨਾਮ ਕੀ ਹੈ ਇਹ ਵੀ ਯਾਦ ਰੱਖਣਾਗਾ ਸੇਖ ਫਰੀਦ ਦੀਨ ਮਸਾਉਦ ਸਕਰਗੰਜ ਇਹ ਸਾਰਾ ਧਿਆਨ ਦੇ ਵਿੱਚ ਰੱਖਣਾ ਫਰੀਦੁਦੀਨ ਤੇ ਜਨਮ ਦੀ ਗੱਲ ਕਰੀਏ ਤਾਂ 1173 ਦੇ ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਮਾਤਾ ਪਿਤਾ ਦਾ ਨਾਮ ਜੁਮਲੁਦੀਨ ਸੁਲੇਮਾਨ ਪਿਤਾ ਦਾ ਨਾਮ ਤੇ ਮਾਤਾ ਬੀਬੀ ਮਰੀਮ ਇਹ ਧਿਆਨ ਦੇ ਵਿੱਚ ਰੱਖਣ ਵਾਲਾ ਜ਼ਰੂਰੀ ਹੈ ਇਸ ਧਿਆਨ ਦੇ ਪੱਖ ਤੋਂ ਬਹੁਤ ਹੀ ਜ਼ਰੂਰੀ ਹੈ ਸੇਖ ਫਰੀ ਜੀ ਦੇ ਮੁਰਸ਼ਦ ਬਾਬਾ ਫਰੀ ਜੀ ਦੇ ਗੁਰੂ ਦਾ ਨਾਮ ਖਵਾਜਾ ਵਕਤਿਆਰ ਕਾਕੀ ਇਹ ਵੀ ਯਾਦ ਰੱਖਣਾ ਉਸ ਤੋਂ ਬਾਅਦ ਸੂਫੀ ਮਤ ਨਾਲ ਸੰਬੰਧਿਤ ਜਿਹੜੀਆਂ ਸੰਪਰਦਾਵਾਂ ਸੀਗੀਆਂ ਜਾਂ ਸلسلਾ ਵੀ ਲਿਖਿਆ ਮਿਲਦਾ ਸلسلੇ ਕਿਹੜੇ-ਕਿਹੜੇ ਸੀਗੇ ਚਿਸ਼ਤੀ ਸੋਹਾਰਵਰਦੀ ਕਾਦਰੀ ਨਕਸ਼ਬੰਦੀ ਇਹ ਸਾਰੇ ਯਾਦ ਰੱਖਣੇ ਨੇ ਤੇ ਇਹਨਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਸੂਫੀ ਕਵੀ ਸੀ ਉਹ ਵੀ ਯਾਦ ਰੱਖਣ ਵਾਲੀ ਨੇ ਧਿਆਨ ਦੇ ਦੇ ਪੱਖ ਤੋਂ ਤੇ ਜੇ ਅਸੀਂ ਗੱਲ ਕਰੀਏ ਬਾਬਾ ਸੇਖ ਫਰੀਦ ਜੀ ਦੀ ਉਹ ਇਹਨਾਂ ਦੇ ਵਿੱਚੋਂ ਕਿਹੜੀ ਸੰਪਰਦਾ ਦੇ ਨਾਲ ਜੁੜੇ ਹੋਏ ਸੀਗੇ ਉਹ ਇਹਨਾਂ ਦੇ ਵਿੱਚੋਂ ਸਾਡੇ ਕੋਲੇ ਚਿਸ਼ਤੀ ਸੰਪਰਦਾ ਦੇ ਨਾਲ ਬਾਬਾ ਸੇਖ ਫਰੀਦ ਜੀ ਦੀ ਕਿਹੜੇ ਸلسلੇ ਨਾਲ ਚਿਸ਼ਤੀ ਸلسلੇ ਨਾਲ ਸੇਖ ਫਰੀਦ ਦੇ ਉੱਤਰਾਧਿਕਾਰੀ ਦਾ ਨਾਮ ਇਹ ਵੀ ਜ਼ਰੂਰ ਧਿਆਨ ਚ ਰੱਖਣਾ ਬਾਬਾ ਫਰੀਦ ਦੇ ਉੱਤਰਾਧਿਕਾਰੀ ਕੌਣ ਸੀਗੇ ਨਿਜ਼ਾਮਉਦੀਨ ਔਲੀਆ ਤੇ ਸੇਖ ਫਰੀਦ ਜੀ ਦਾ ਦੇਹਾਂਤ ਕਦੋਂ ਹੁੰਦਾ ਪਾਕਪਟਨ ਦੇ ਵਿੱਚ 1266 ਦੇ ਵਿੱਚ ਤੇ ਜੇ ਸੇਖ ਫਰੀਦ ਦੇ ਜੀਵਨ ਦੀਆਂ ਝਾਕੀਆਂ ਕਿਸ ਮੱਧਕਾਲੀ ਰਚਨਾ ਵਿੱਚ ਪ੍ਰਾਪਤ ਹਨ ਬਾਬਾ ਸੇਖ ਫਰੀਦ ਦੀ ਜਿਹੜੀ ਜੀਵਨ ਦੀਆਂ ਇਹ ਹੈਗੀਆਂ ਨੇ ਮਸਲੇ ਸੇਖ ਫਰੀਦ ਕੇ ਮਸਲੇ ਸੇਖ ਫਰੀਦ ਦੇ ਵਿੱਚ ਵਿਸ਼ੇ ਤੱਕ ਮੱਧਕਾਲੀ ਰਚਨਾ ਇਹ ਵੀ ਜ਼ਰੂਰ ਧਿਆਨ ਚ ਰੱਖਣਾ ਤੇ ਜੀਵਨ ਦੀਆਂ ਝਾਕੀਆਂ ਸੇਖ ਫਰੀਦ ਦੀਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜੀ ਵਾਣੀ ਦੀ ਮਿਠਾਸ ਕਰਕੇ ਸੇਖ ਫਰੀਦ ਨੂੰ ਕੀ ਕਿਹਾ ਜਾਂਦਾ ਸੀ ਆਪਾਂ ਨਾਮ ਪਹਿਲਾਂ ਦੱਸ ਹੀ ਚੁੱਕੇ ਹਾਂ ਉਹਦੇ ਵਿੱਚ ਨਾਮ ਹੈ ਸ਼ਕਰ ਗੰਚ ਸੇਖ ਫਰੀਦ ਕਿਹੜੇ ਪੜਾ ਦਾ ਸੂਫੀ ਸੀਗਾ ਪਹਿਲਾ ਪੜਾ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਆ ਪੇਤਾਮਾਂਗਾ ਤਾਂ ਸ਼ੁਰੂਆਤ ਉੱਥੋਂ ਹੁੰਦੀ ਹੈ ਤਾਂ ਪਹਿਲੇ ਪੜਾ ਦੇ ਸੂਫੀ ਕਵੀ ਸੀ ਸੇਖ ਫਰੀਦ ਦੇ ਨਾਮ ਹੇਠਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਲੋਕ ਪ੍ਰਸ਼ਨ ਨੂੰ ਸਮਝ ਲਓ ਧਿਆਨ ਨਾਲ ਸੇਖ ਫਰੀਦ ਦੇ ਨਾਮ ਹੇਠਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਲੋਕ ਸੇਖ ਫਰੀਦ ਦੇ ਸਲੋਕ ਨਹੀਂ ਪੁੱਸੇ ਗਏ ਥੇ ਸੇਖ ਫਰੀਦ ਦੇ ਨਾਮ ਹੇਠ ਕੁੱਲ 130 ਇਹ ਜਿਹੋ ਦੇ ਵਿੱਚ ਬਾਬਾ ਸੇਖ ਫਰੀਦ ਦੇ ਖੁੱਦ ਕੁੱਲ ਤੱਕ 112 ਨੇ ਉੱਤੇ ਧਿਆਨ ਚ ਹੋਣੀ ਹੈ ਤੁਹਾਡੇ ਉਹ ਸਾਹਮਣੇ ਦੂਜਾ ਗਲਾ ਪ੍ਰਸ਼ਨ ਵੀ ਆ ਗਿਆ ਸੇਖ ਫਰੀਦ ਦੇ ਕੁੱਲ ਸ਼ਲੋਕ 112 ਨੇ ਤੇ ਪਰ ਗੁਰੂ ਗ੍ਰੰਥ ਸਾਹਿਬ ਵਿੱਚ 130 ਨੇ ਉਹ ਕਿਸ ਤਰੀਕੇ ਨਾਲ 18 ਸ਼ਲੋਕ ਗੁਰੂ ਸਹਿਬਾਨਾ ਦੇ ਨਾਲ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਕਿੰਨੇ ਸ਼ਬਦ ਹਨ ਸੇਖ ਫਰੀਦ ਜੀ ਦੇ ਚਾਰ ਬਿਲਕੁਲ ਜੀ ਦੋ ਰਾਗ ਆਸਾ ਤੇ ਦੋ ਰਾਗ ਸੋਹੀ ਦੇ ਵਿੱਚ ਇਹ ਧਿਆਨ ਚ ਰੱਖਣਾ ਸੇਖ ਫਰੀਦ ਦੇ ਨਾਮ ਹਿਥਾ 130 ਸਲੋਕਾਂ ਵਿੱਚੋਂ ਗੁਰੂ ਸਹਿਬਾਨਾਂ ਦੇ ਸਲੋਕ ਕਿੰਨੇ ਆਪਾਂ ਹੁਣੇ ਦੱਸ ਕੇ ਹਟਿਆ 18 ਕਿਉਂਕਿ 112 ਉਹਨਾਂ ਦੇ ਹੋਗੇ ਤੇ 18 ਗੁਰੂ ਸਹਿਬਾਨਾਂ ਦੇ ਨੇ ਇਮਤਿਹਾਨ ਦੇ ਪੱਖ ਤੋਂ ਬਹੁਤ ਹੀ ਜ਼ਰੂਰੀ ਨੇ ਬਾਬਾ ਸੇਖ ਫਰੀਦ ਜੀ ਬਾਰੇ ਹਾਂਜੀ ਜਿਹੜੀ ਅਸੀਂ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਹਿਬਾਨਾਂ ਦੇ ਜਿਹੜੇ ਕਿਹੜੇ-ਕਿਹੜੇ ਗੁਰੂ ਸਹਿਬਾਨਾਂ ਨੇ ਟਿੱਪਣੀ ਕੀਤੀ ਹੈ 112 ਸਲੋਕ ਤੋਂ ਬਾਅਦ ਜਿਹੜੇ 18 ਬਣਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ 4 ਸਲੋਕ ਧਿਆਨ ਚ ਰੱਖਿਓ ਗੁਰੂ ਅਮਰਦਾਸ ਜੀ ਦੇ 5 ਤੇ ਗੁਰੂ ਰਾਮਦਾਸ ਜੀ ਦਾ ਇੱਕ ਸ਼ਲੋਕ ਤੇ ਗੁਰੂ ਅਰਜਨ ਸਾਹਿਬ ਜੀ ਦੇ 8 ਸ਼ਲੋਕ ਤੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ 5 4 9 ਤੇ 1 10 ਤੇ 8 18 ਬਣਗੇ ਤੇ ਇਹ ਧਿਆਨ ਦੇ ਵਿੱਚ ਰੱਖਣੇ ਨੇ ਤੇ ਜੇ ਕਿਸੇ ਕਿਤਾਬ ਤੇ ਤੁਹਾਡੇ ਕੋਲੇ ਵੱਖਰਾ ਵੇਰਵਾ ਦਿੱਤਾ ਹੋਇਆ ਤਾਂ ਜਰੂਰ ਦੱਸਿਓ ਗੁਰੂ ਨਾਨਕ ਸਾਹਿਬ ਜੀ ਦੇ 4 ਗੁਰੂ ਅਮਰਦਾਸ ਜੀ ਦੇ 5 ਗੁਰੂ ਰਾਮਦਾਸ ਜੀ ਦਾ ਇੱਕ ਸ਼ਲੋਕ ਤੇ ਗੁਰੂ ਅਰਜਨ ਸਾਹਿਬ ਜੀ ਦੇ 8 ਸ਼ਲੋਕ ਜਿਹੜੇ ਕਿ 18 ਬਣਦੇ ਆ ਸੇਖ ਫਰੀਦ ਜੀ ਬਾਣੀ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਮੁਲਤਾਨੀ ਲੈਂਦੀ ਜਿਹੜੀ ਬੋਲੀ ਆ ਲੈਂਦੀ ਉਹਦੇ ਜਿਹੜੇ ਸ਼ਬਦਾਵਲੀ ਆ ਉਹ ਭਰਤੀ ਹੋਈ ਹੈ ਬਾਬਾ ਫਰੀਦ ਜੀ ਦੁਆਰਾ ਆਪਣੀ ਬਾਣੀ ਵਿੱਚ ਇਨਸਾਨ ਨੂੰ ਮਾੜੇ ਕਰਮਾਂ ਤੋਂ ਵਰਜਨ ਦੇ ਲਈ ਕਿਸ ਚੀਜ਼ ਦਾ ਡਰ ਦਿੰਦਾ ਬਾਬਾ ਸਿੱਖ ਫਰੀਦ ਜੀ ਨੇ ਮੌਤ ਦਾ ਡਰ ਦਿੰਦਾ ਜੀ ਤੇ ਫਰੀਦ ਬਾਣੀ ਵਿੱਚ ਇਸ ਸੰਸਾਰ ਨੂੰ ਮੰਨਿਆ ਗਿਆ ਦਾ ਕੀ ਮੰਨਿਆ ਗਿਆ ਇਸ ਸੰਸਾਰ ਨੂੰ ਨਾਸਵਾਨ ਮੰਨਿਆ ਗਿਆ ਤੇ ਸਭ ਤੋਂ ਵੱਡੇ ਗੁਣ ਕਿਹੜੇ ਨੇ ਬਾਬਾ ਫਰੀਦ ਦੀ ਬਾਣੀ ਦੇ ਸੰਜਮ ਤੇ ਸਦੀਵਤਾ ਤੇ ਮੁੱਖ ਵਿਸ਼ਿਆਂ ਦੀ ਗੱਲ ਕਰੀਏ ਤਾਂ ਰੱਬ ਸਦਾਚਾਰ ਮੌਤ ਮਨੁੱਖ ਗਰੀਬੀ ਨਾਸ ਮੰਨਤਾ ਤੇ ਹਲਮੀ ਤੇ ਇਹ ਧਿਆਨ ਦੇ ਵਿੱਚ ਰੱਖਣੇ ਆ ਬਾਬਾ ਫਰੀਦ ਜੀ ਦੀ ਬਾਣੀ ਦੇ ਜਿਹੜੇ ਮੁੱਖ ਵਿਸ਼ੇ ਨੇ ਹਾਂਜੀ ਜਿਹੜੀ ਆਤਮਿਕ ਵਿਕਾਸ ਲਈ ਸੂਫੀਆਂ ਨੂੰ ਕਿਹੜੀਆਂ ਅਵਸਥਾਵਾਂ ਵਿੱਚੋਂ ਲੰਘਣਾ ਪੈਂਦਾਗਾ ਉਹ ਨੇ ਅਬਦੂਦੀਅਤ ਅਬੂਦੀਅਤ ਇਸਕ ਯੁਹਦ ਮਾਰਫਤ ਵਜਦ ਹਕੀਕਤ ਵਸਲ ਫਨਾ ਇਹ ਧਿਆਨ ਦੇ ਵਿੱਚ ਰੱਖਣਾ ਇਹ ਆਤਮਿਕ ਵਿਕਾਸ ਲਈ ਹੈ ਠੀਕ ਹੈ ਨਾ ਉਹ ਅਵਸਥਾ ਮੈਨੇ ਜਿਹੜੀ ਆਤਮਿਕ ਵਿਕਾਸ ਦੇ ਲਈ ਇੱਕ ਆਮ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਣਾ ਕਿ ਸੂਫੀ ਅਧਿਆਤਮਿਕ ਯਾਤਰਾ ਦੇ ਚਾਰ ਵਿਕਾਸ ਪੜਾ ਉਹ ਤੁਹਾਡੇ ਪੜ੍ਹੇ ਹੋਏ ਹੋਣਗੇ ਸਰੀਅਤ ਤਰੀਕਤ ਮਾਰਫਤ ਤੇ ਹਕੀਕਤ ਇਹ ਵੀ ਯਾਦ ਰੱਖਣੇ ਨੇ ਚਾਰੇ ਦੇ ਚਾਰੇ ਇੱਕ ਹੋਰ ਹੈ ਫਰੀਦ ਸ਼ਾਨ ਫਰੀਦ ਸ਼ਾਨੀ ਸਾਨੀ ਤੇ ਸੇਖ ਇਬਰਾਹਿਮ ਜਾਂ ਸੇਖ ਬ੍ਰह्म ਕੌਣ ਸੀਗੇ ਤੇ ਇਹ ਸੀਗੇ ਜੀ ਸੇਖ ਫਰੀਦ ਦਾ 12ਵਾਂ ਗਦੀ ਨਾਸਿਨ ਉਹਨਾਂ ਦੀ ਗੱਦੀ ਦੇ 12ਵੇਂ ਵਾਰਿਸ ਮੰਨੇ ਜਾਂਦੇ ਨੇ ਇਹ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮਕਾਲੀ ਸੀਗੇ ਤੇ ਉਹਨਾਂ ਦੀ ਇੱਕੋ ਇੱਕ ਰਚਨਾ ਨਸੀਹਤ ਨਾਮਾ ਪ੍ਰਾਪਤ ਹੈ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਵੀ ਸੀਗੇ ਇਹਦੇ ਬਾਰੇ ਕਾਫੀ ਲਗਨੋ ਕਿ ਵਿਦਵਾਨਾਂ ਦੇ ਵੱਖੋ ਵੱਖਰੇ ਵਿਚਾਰ ਨੇ ਤੇ ਗੁਰੂਨਕ ਸਾਹਿਬ ਜੀ ਦੇ ਸਮਕਾਲੀ ਸੀਗੇ ਇਹ ਯਾਦ ਰੱਖ ਲੈਣਾ ਇਹਦਾ ਨਾਮ ਅਲੱਗ-ਅਲੱਗ ਲਿਖਿਆ ਮਿਲਦਾਗਾ ਤੁਸੀਂ ਹਾਂ ਸਕਰੀਨ ਤੇ ਦੇਖ ਰਹੇ ਹੋਮੂਗੇ ਇਸ ਨਾਮ ਦੇ ਹੇਠ ਠੀਕ ਹੈ ਜੀ ਤੇ ਅੱਗੇ ਦੇਖਦੇ ਆਪਾਂ ਹੁਣ ਵੱਖੋ-ਵੱਖਰੇ ਵਿਦਵਾਨਾਂ ਨੇ ਜਿਹੜੀਆਂ ਸੇਖ ਫਰੀਦ ਜੀ ਬਾਰੇ ਕੁਝ ਰਚਨਾਵਾਂ ਨੇ ਜਿਵੇਂ ਫਰੀਦ ਦਰਸਨ ਦੀਵਾਨ ਸਿੰਘ ਦੀ ਫਰੀਦ ਦਰਪਣ सुरेंद्र ਸਿੰਘ ਕੋਹਲੀ ਯਾਦ ਰੱਖ ਲਓ ਫਰੀਦ ਦਰਸਨ ਦੀਵਾਨ ਸਿੰਘ ਦੀਵਾਨਾਂ ਦੇ ਵਿੱਚ ਜਾ ਕੇ ਦਰਸ਼ਨ ਕੀਤੇ ਠੀਕ ਹੈ ਨਾ ਗੁਰਬਾਣੀ ਦੇ ਰਾਹੀ ਮਾ ਬਾਬਾ ਫਰੀਦ ਦੇ ਸਲੋਕਾਂ ਦੇ ਰਾਹੀ ਦੀਵਾਨਾਂ ਦੇ ਵਿੱਚ ਦਰਸ਼ਨ ਕੀਤੇ ਦੀਵਾਨ ਤੁਸੀਂ ਯਾਦ ਰੱਖਣਾ ਜਿਹੜੇ ਫਰੀਦ ਦਰਸ਼ਨਾ ਦੀਵਾਨ ਸਿੰਘ ਫਰੀਦ ਦੇ ਦਰਪਣ सुरेंद्र ਸਿੰਘ ਕੋਹਲੇ بس ਇਹਨਾਂ ਦੋਵਾਂ ਦੇ ਵਿੱਚ ਫਰਕ ਯਾਦ ਰੱਖ ਲਓ ਦਰਪਣ ਦੇ ਦਰਸ਼ਨ ਦੇ ਵਿੱਚ ਵੋਲੇ ਸੇਖ ਫਰੀਦ ਸ਼ਬਦ ਤੇ ਸਲੋਕ ਬਾਬਾ ਸੇਖ ਫਰੀਦ ਇਹ ਲਿਖਿਆ ਹੋਇਆ ਜੀ ਬ੍ਰਹਮ ਜਗਦੀਸ਼ ਬ੍ਰਹਮ ਜਗਦੀਸ਼ ਸਿੰਘ ਸੇਖ ਫਰੀਦ ਦਾ ਕਾਪ ਪ੍ਰਵਚਨ ਇਹ ਜਗਜੀਤ ਸਿੰਘ ਸੇਖ ਫਰੀਦ ਦਾ ਕਾਪ ਪ੍ਰਵਚਨ ਜਗਜੀਤ ਸਿੰਘ ਦੇਖੋ ਵੈਸੇ ਤਾਂ ਆਪਾਂ ਸਾਰੇ ਦੀ ਸਾਰੀ ਫਟਾਫਟ ਦੁਆਰਾ ਜੀ ਦੇ ਵਿੱਚ ਕਰ ਸਕਦੇ ਸੀ ਕਵੀ ਪਰ ਮੈਨੂੰ ਲੱਗਦਾ ਕਿ ਥੋੜੀ ਜਿਹੀ ਅਬ ਜੇ ਆਪਾਂ ਇਸ ਤਰੀਕੇ ਨਾਲ ਬਾਬਾ ਫਰੀਦ ਦੀ ਗੱਲ ਕੀਤੀ ਹੈ ਸਮੇਂ ਦੇ ਹਿਸਾਬ ਨਾਲ ਦੇਖਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਿੰਨਾ ਕੋ ਹੋ ਸਕੇ ਆ ਫਿਲਹਾਲ ਅੱਜ ਆਪਾਂ ਇੱਥੇ ਹੀ ਵੀਡੀਓ ਸਮਾਪਤ ਕਰ ਦਿਆਂ ਸਿਰਫ ਤੇ ਸਿਰਫ ਬਾਬਾ ਫਰੀਦ ਜੀ ਬਾਰੇ ਗੱਲ ਕਰਕੇ ਤੇ ਬਾਕੀ ਜਿਵੇਂ ਜਿਵੇਂ ਸਮਾਂ ਮਿਲਦਾ ਰਿਹਾ ਆਪਾਂ ਵੀਡੀਓ ਬਣਾਉਂਦੇ ਰਾਂਗੇ ਤੁਸੀਂ ਆਪਣੀ ਮਿਹਨਤ ਕਰਦੇ ਰਹੋ ਆਪਣੇਆਂ ਦੇ ਵਿੱਚ ਆਪਣੇ ਦੇ ਕੋਲ ਲਾਓ ਹੱਸਦੇ ਵੱਸਦੇ ਰਹੋ